ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਪ੍ਰਿਤ ਸਿੰਘ ਮੈਂ ਪ੍ਰਿੰਸਦੀਪ ਸਿੰਘ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਮੇਰੇ ਪਿੰਡ ਦਰਾਹਾ ਦੇ ਵਿੱਚ ਲੱਗੇ ਹੋਏ ਦੁਸ਼ਹਿਰੇ ਦੇ ਮੇਲੇ ਨੂੰ ਜੀ ਇਸ ਵੀਡੀਓ ਵਿੱਚ ਆਪਾਂ ਸਾਰਾ ਦੁਸ਼ਹਿਰਾ ਕਿਵੇਂ ਲੱਗਿਆ ਕੀ ਤਿਆਰੀਆਂ ਹੋ ਰਹੀਆਂ ਨੇ ਸਾਰਾ ਦੇਖਾਂਗੇ ਜੀ ਸਾਡੇ ਨਾ ਦਰਾਹਾ ਸ਼ਹਿਰ ਦੇ ਨਾਲ ਹੀ ਇੱਕ ਹੋਰ ਸ਼ਹਿਰ ਆ ਪੈਲ ਉਹਦੇ ਵਿੱਚ ਰਾਵਣ ਦੀ ਪੂਜਾ ਕੀਤੀ ਜਾਂਦੀ ਆ ਉਸ ਨੂੰ ਖੂਨ ਅਤੇ ਸ਼ਰਾਬ ਦਾ ਭੋਗ ਲੱਗਦਾ ਆ ਸਾਡੀ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਰਾਵਣ ਦੀ ਉਸ ਆਰਤੀ ਵੀ ਦਿਖਾਵਾਂਗੇ ਜੀ ਉਸ ਮੰਦਿਰ ਦੇ ਦਰਸ਼ਨ ਵੀ ਕਰਾਵਾਂਗੇ ਜੀ ਬਣੇ ਰਹੋ ਸਾਡੇ ਚੈਨਲ ਤੇ ਲਾਸਟ ਤੱਕ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਜਿੱਥੇ ਜਿਸ ਜਗ੍ਹਾ ਤੇ ਬਾਜ਼ਾਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਤੇ ਕੁਝ ਹਲੇ ਵੀ ਲੱਗ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲ੍ਹਾ ਇੱਥੇ ਬਾਜ਼ਾਰ ਹੈ ਲੱਗਿਆ ਹੋਇਆ ਬਹੁਤ ਲੋਕ ਇੱਥੇ ਸ਼ੋਪਿੰਗ ਕਰ ਰਹੇ ਨੇ ਮੇਲੇ ਦੇ ਵਿੱਚ ਨਾ ਸਾਰਿਆਂ ਨਾਲੋਂ ਵੱਧ ਮਸ਼ਹੂਰ ਹੁੰਦੇ ਨੇ ਪਕੌੜੇ ਅਤੇ ਜਲੇਬੀਆਂ ਯਾਨੀ ਬੰਦਾ ਜਦੋਂ ਵੀ ਕਿਤੇ ਮੇਲੇ ਦੇ ਵਿੱਚ ਜਾਂਦਾ ਆ ਤਾਂ ਪਕੌੜਿਆਂ ਨੂੰ ਤਰਜੀਹ ਦਿੰਦਾ ਵੀ ਆਪਾਂ ਪਕੌੜੇ ਖਾਈਏ ਅਤੇ ਇਹ ਵੀਰ ਸਾਡੇ ਸ਼ਹਿਰ ਦਰਾਹੇ ਦੇ ਵਿੱਚ ਜਿਹੜਾ ਦੁਸ਼ਹਿਰਾ ਲੱਗਿਆ ਹੋਇਆ ਉੱਥੇ ਇਸ ਵੀਰ ਦੀ ਰੇਹੜੀ ਆ ਦੁਕਾਨ ਲੱਗੀ ਹੋਈ ਆ ਪਕੌੜਿਆਂ ਦੀ ਅਤੇ ਇਹ ਵੀਰ ਕੋਲ ਨੇ ਪਕੌੜੇ ਅਤੇ ਕੀ ਰੇਟ ਨੇ ਜੀ ਪਕੌੜੇ ਪੰਜਾਹ ਰੁਪਏ ਪਈਆ ਹੈ ਪੰਜਾਹ ਰੁਪਏ ਪਈਆ ਪਕੌੜੇ ਨੇ ਜੀ ਪੰਜਾਹ ਰੁਪਈਏ ਪਾਈਆ ਤੇ ਸਮੋਸਾ ਆ 10 ਰੁਪਈਏ ਦਾ ਜੀ ਤੇ ਬੰਦ ਵੀ ਬ੍ਰੈਡ ਵੀ 10 ਰੁਪਏ ਦਾ ਆ ਜੀ ਤੇ ਤੁਸੀਂ ਵੀ ਕਦੇ ਵਿਜ਼ਿਟ ਕਰੋ ਤੇ ਤੁਸੀਂ ਹੁਣ ਦੁਕਾਨ ਕਿੱਥੇ ਕਰਦੇ ਹੋ ਕੱਦੂ ਚੌਂਕ ਇਹ ਕੱਦੋਂ ਚੌਂਕ ਦੇ ਵਿੱਚ ਜੀ ਦਰਾਹੇ ਸ਼ਹਿਰ ਦੇ ਵਿੱਚ ਕੱਦੋਂ ਚੌਂਕ 'ਚ ਪਰਮਾਨੈਂਟ ਆਪਣੀ ਸ਼ੋਪ ਵੀ ਕਰਦੇ ਨੇ ਤੇ ਬਹੁਤ ਵਧੀਆ ਵੀਰ ਆ ਤੇ ਬਹੁਤ ਵਧੀਆ ਦਾ ਸੁਭਾਅ ਆ ਕਦੇ ਤੁਹਾਨੂੰ ਮੌਕਾ ਲੱਗੇ ਤੇ ਇਹਦੇ ਪਕੌੜੇ ਬ੍ਰੈਡ ਜ਼ਰੂਰ ਖਾਇਓ ਜੀ ਦੁਕਾਨਾਂ ਲੱਗ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਤੀਰ ਕਮਾਨ ਲੱਗੇ ਹੋਏ ਨੇ ਤਲਵਾਰਾਂ ਲੱਗੀਆਂ ਹੋਈਆਂ ਨੇ ਤੇ ਪੂਰਾ ਬਾਜ਼ਾਰ ਸੱਜ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਟੋਏ ਨੇ ਟੈਡੀ ਵੀਅਰ ਨੇ ਇਹ ਸਾਰੀਆਂ ਸ਼ੌਪਸ ਦੇਖੋ ਦੁਕਾਨਾਂ ਦੂਰ ਦੂਰ ਤੱਕ ਬਣੀਆਂ ਹੋਈਆਂ ਨੇ ਪਹਿਲਾਂ ਨਾ ਦੁਸ਼ਹਿਰਾ ਦੂਸਰੇ ਪਾਸੇ ਮਨਾਇਆ ਜਾਂਦਾ ਸੀਗਾ ਇਸ ਵਾਰ ਪਹਿਲੀ ਵਾਰ ਇਹਨਾਂ ਨੇ ਦੁਸ਼ਹਿਰਾ ਕਮੇਟੀ ਨੇ ਇਸ ਪਾਸੇ ਦੁਸ਼ਹਿਰਾ ਦਾ ਗਰਾਊਂਡ ਆ ਤਿਆਰ ਕੀਤਾ ਆ ਜੀ ਇਹ ਵੀਰ ਸਾਡੇ ਦਰਾਹੇ ਸ਼ਹਿਰ ਤੋਂ ਹੀ ਆ ਜੀ ਅਤੇ ਟਿੱਕੀ ਬਣਾਉਂਦਾ ਭੱਲੇ ਬਣਾਉਂਦਾ ਵੀਰ ਇਹ ਗੋਲ ਗੱਪੇ ਵੀ ਬਣਾਉਂਦਾ ਇਹ ਵੀਰ ਅਤੇ ਤੁਸੀਂ ਆਓ ਤਾਂ ਇਹ ਵੀਰ ਤੋਂ ਵੀ ਖਾ ਸਕਦੇ ਹੋ ਜਣੀ ਅੱਜ ਤਾਂ ਦੁਸ਼ਹਿਰੇ ਦੇ ਵਿੱਚ ਖੜ੍ਹਾ ਇਹ ਵੈਸੇ ਇਹ ਦਰਾਹੇ ਬਾਜ਼ਾਰ ਦੇ ਵਿੱਚ ਆਪਣੀ ਸਟਾਲ ਆਪਣੀ ਰੇਹੜੀ ਲਾਉਂਦਾ ਜੀ ਇਹ ਵੀਰ ਅਤੇ ਸਾਰਾ ਬਾਜ਼ਾਰ ਲੱਗਿਆ ਹੋਇਆ ਜੀ ਇਹ ਆਹ ਮਾਤਾ ਸਾਡੀ ਤੁਸੀਂ ਦੇਖੀ ਹੋਣੀ ਜਿਹੜਾ ਆਪਾਂ ਦਰਾਹੇ ਪਿੰਡ ਬਲੌਗ ਪਾਇਆ ਸੀਗਾ ਮਸਜਿਦ ਵਾਲਾ ਜਦੋਂ ਈਦ ਸੀਗੀ ਅਤੇ ਮਾਤਾ ਆ ਅਤੇ ਬਾਪੂ ਆ ਇਹ ਹਰ ਇੱਕ ਜਗ੍ਹਾ ਲਾਉਂਦੇ ਨੇ ਆਪਣਾ ਅੱਡਾ ਅਤੇ ਅੱਜ ਜੂਸ ਲਾਇਆ ਹੋਇਆ ਇਹਨਾਂ ਨੇ ਜੀ ਅਤੇ ਆਹ ਲੱਗੀਆਂ ਹੋਈਆਂ ਦੁਕਾਨਾਂ ਜੀ ਜੂਸ ਦੀਆਂ ਜਾਣੀ ਇੱਕ ਪਾਸੇ ਖਿਡੌਣੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਅਤੇ ਇੱਕ ਪਾਸੇ ਖਾਣ ਪੀਣ ਵਾਲੀਆਂ ਅਤੇ ਆਹ ਲੱਗੀਆਂ ਹੋਈਆਂ ਇੱਕ ਪਾਸੇ ਜੂਸ ਦੀਆਂ ਜੀ ਇਹ ਆ ਜੀ ਸਤੀਸ਼ ਗੋਲ ਗੱਪੇ ਵਾਲਾ ਇਹ ਬਹੁਤ ਮਸ਼ਹੂਰ ਨੇ ਇਹਨਾਂ ਦਾ ਨਾਂ ਬਹੁਤ ਆ ਜੀ ਦਰਾਹੇ ਦੇ ਵਿੱਚ ਅਤੇ ਇਹ ਵੀਰ ਖੜ੍ਹਦਾ ਆ ਭਮੱਦੀ ਵਾਲੇ ਵੈਦ ਨੇ ਜਿਹੜੇ ਉਹਨਾਂ ਦੇ ਬਿਲਕੁਲ ਸਾਹਮਣੇ ਖੜ੍ਹਦਾ ਜੀ ਇਹ ਅਜੇ ਵੀ ਦੁਸ਼ਹਿਰੇ ਦੀਆਂ ਰੌਣਕਾਂ ਦੇ ਵਿੱਚ ਆਪਣਾ ਰੋਲ ਨਿਭਾ ਰਿਹਾ ਜੀ ਗੋਲ ਗੱਪੇ ਵੇਚ ਰਿਹਾ ਦੇ ਰਿਹਾ ਜੀ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਪਟਾਕੇ ਦੀ ਸ਼ੌਪ 'ਚ ਨੇ ਅਤੇ ਬੱਚਿਆਂ ਲਈ ਖਿਡੌਣੇ ਲਗਾਏ ਹੋਏ ਨੇ ਜੀ ਅੱਗੇ ਤੱਕ ਬਾਜ਼ਾਰ ਲੱਗਿਆ ਹੋਇਆ ਸ਼ੌਪਸ ਨੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਪਟਾਕੇ ਦੀ ਦੁਕਾਨ ਲੱਗੀਆਂ ਹੋਈਆਂ ਜੀ ਇਹ ਆ ਜੀ ਮੇਰੇ ਸ਼ਹਿਰ ਦਰਾਹੇ ਦੇ ਵਿੱਚ ਜੀ ਅੱਜ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਜੀ ਅਤੇ ਇਹ ਨੇ ਜੀ ਰਾਵਣ ਦੇ ਰਾਵਣ ਦਾ ਬੁੱਤ ਲੱਗਿਆ ਹੋਇਆ ਕੁੰਭਕਰਨ ਅਤੇ ਮੇਘਨਾਥ ਜੀ ਤਿੰਨ ਬੁੱਤ ਲੱਗ ਰਹੇ ਨੇ ਲਗਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ
ਤੇ ਇਹ ਜਿਹੜੇ ਚੀਫ ਗੈਸਟ ਆਉਣੇ ਨੇ ਉਹਨਾਂ ਦੇ ਸਵਾਗਤ ਲਈ ਸਟੇਜ ਬਣੀ ਹੋਈ ਆ। ਅੱਜ ਕਨਵਰ ਗਰੇਵਾਲ ਨੇ ਵੀ ਲੱਗਣਾ ਜੀ, ਸਿੰਗਰ ਨੇ। ਇਹ ਨੇ ਜੀ ਬੁੱਤ, ਤੁਸੀਂ ਦੇਖ ਸਕਦੇ ਹੋ ਇਹ ਲੱਗੀਆਂ ਹੋਈਆਂ ਨੇ ਦੁਕਾਨਾਂ ਜੀ। ਹੁਣ ਆਪਾਂ ਜਾ ਰਹੇ ਹਾਂ ਜੀ ਪਹਿਲ ਸ਼ਹਿਰ ਵੱਲ ਨੂੰ ਜੀ, ਜਿੱਥੇ ਰਾਵਣ ਜੀ ਦੀ ਪੂਜਾ ਕੀਤੀ ਜਾਂਦੀ ਹੈ ਜੀ। ਆਓ ਚੱਲੀਏ ਜੀ। ਇਹ ਸਾਡੇ ਦਰਾਹੇ ਦੀ ਜੀ ਤਹਿਸੀਲ ਵੀ ਆ ਜੀ ਪਹਿਲ ਸ਼ਹਿਰ। ਇਹ ਆ ਜੀ ਪਹਿਲ ਸ਼ਹਿਰ ਦੀ ਦਾਣਾ ਮੰਡੀ ਜੀ, ਜਿਸ ਜਗ੍ਹਾ 'ਤੇ ਸਾਡੇ ਕਿਸਾਨ ਭਰਾ ਆਪਣੀ ਫਸਲ ਲਿਆ ਕੇ ਰੱਖਦੇ ਨੇ ਅਤੇ ਸੇਲ ਕਰਦੇ ਨੇ ਜੀ। ਤੁਸੀਂ ਦੇਖ ਸਕਦੇ ਹੋ ਪਹਿਲ ਸ਼ਹਿਰ ਦੇ ਦੁਸ਼ਹਿਰਾ ਗਰਾਊਂਡ ਦੇ ਬਾਹਰ ਲੱਗੀ ਹੋਈ ਮਾਰਕੀਟ ਨੂੰ ਜੀ। ਇੱਥੇ ਆਪਾਂ ਅਗਰ ਕੁਛ ਖਾਣਾ ਹੋਵੇ ਤਾਂ ਖਾ ਸਕਦੇ ਹਾਂ, ਕੁਛ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹਾਂ ਜੀ। ਜੇਕਰ ਵੀਡੀਓ ਚੰਗੀ ਲੱਗ ਰਹੀ ਆ ਤਾਂ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਆ ਜਾਓ ਆਪਾਂ ਹੁਣ ਚੱਲਦੇ ਹਾਂ, ਉਸ ਰਾਵਣ ਦੇ ਬੁੱਤ ਦੇ ਦਰਸ਼ਨ ਕਰਦੇ ਹਾਂ, ਉਸ ਨੂੰ ਦੇਖਦੇ ਹਾਂ ਜੀ ਜਿਸ ਦੀ ਪੂਜਾ ਹੁੰਦੀ ਆ ਜੀ। ਇਹ ਆ ਜੀ ਉਹ ਇਤਿਹਾਸਕ ਰਾਵਣ ਦਾ ਬੁੱਤ ਬਣਿਆ ਹੋਇਆ, ਪੱਕਾ ਬਣਿਆ ਹੋਇਆ ਜੀ ਇਹ ਪੈਲ ਸ਼ਹਿਰ ਦੇ ਵਿੱਚ ਜੀ, ਯਾਨੀ ਕਈ ਸਾਲਾਂ ਤੋਂ ਇਹ ਪੱਕਾ ਹੀ ਆ। ਦੂਬੇ ਪਰਿਵਾਰ ਆ ਜੀ ਜਿਹੜਾ ਇਸ ਰਾਵਣ ਦੀ ਪੂਜਾ ਕਰਦਾ ਆ ਜੀ। ਉਹ ਬੰਦੇ ਭਾਰਤ ਦੇ ਕਿਸੇ ਕੋਨੇ 'ਚ ਵੀ ਹੋਣ ਜਾਂ ਵਰਲਡ ਦੇ ਕਿਸੇ ਕੋਨੇ 'ਚ ਵੀ ਹੋਣ ਜੀ, ਜਿਸ ਦਿਨ ਦੁਸ਼ਹਿਰਾ ਹੁੰਦਾ ਆ ਤਾਂ ਉਹ ਪਰਿਵਾਰ ਇਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚਦਾ ਆ ਜੀ। ਅਤੇ ਰਾਵਣ ਦੀ ਪੂਜਾ ਕਰਦੇ ਨੇ ਜੀ ਉਹ। ਇਹ ਪੰਡਾਲ ਲੱਗਿਆ ਹੋਇਆ ਸਾਹਮਣੇ ਜੀ। ਆ ਜਾਓ ਆਪਾਂ ਹੁਣ ਉਸ ਭੈਣ ਨੂੰ ਵੀ ਮਿਲਦੇ ਹਾਂ ਜੀ ਜਿਹੜੀ ਰਾਵਣ ਨੂੰ ਆਪਣਾ ਭਰਾ ਮੰਨਦੀ ਆ ਜੀ। ਅਤੇ ਰੱਖੜੀ ਦੇ ਸ਼ੁਭ ਮੌਕੇ 'ਤੇ ਰਾਵਣ ਜੀ ਨੂੰ ਰੱਖੜੀ ਵੀ ਬੰਨਦੇ ਨੇ ਜੀ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਲੋਕਲ ਲੋਕ ਨੇ ਜਾਂ ਹੋਰ ਆਲੇ ਦੁਆਲਿਓਂ ਵੀ ਆਉਂਦੇ ਨੇ, ਉਹ ਵੀ ਆ ਕੇ ਰਾਵਣ ਦੀ ਪੂਜਾ ਕਰਦੇ ਨੇ ਜੀ, ਤੁਸੀਂ ਦੇਖ ਸਕਦੇ ਹੋ। ਆਪਾਂ ਇਸੇ ਵੀਡੀਓ ਵਿੱਚ ਹੀ ਦੂਬੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਜੀ। ਸਾਡੀ ਭੈਣ ਆ ਜੀ ਪੈਲ ਸ਼ਹਿਰ ਦੇ ਰਹਿਣੇ ਵਾਲੇ ਨੇ ਜੀ, ਇਹ ਪੈਲ ਸ਼ਹਿਰ ਦੇ ਰਹਿਣੇ ਵਾਲੇ ਨੇ। ਜਿਹੜਾ ਰਾਵਣ ਨੂੰ ਰੰਗ ਕਰਾਇਆ ਇਹ ਸਾਡੀ ਭੈਣ ਨੇ ਕਰਾਇਆ ਹੋਇਆ ਆ। ਤੇ ਤੁਸੀਂ ਰੰਗ ਕਿਉਂ ਕਰਾਇਆ ਕਮਰ? ਰਾਵਣ ਦੀ ਜੀ ਪੂਜਾ ਹੁੰਦੀ ਆ, ਲੋਕ ਭਗਵਾਨ ਮੰਨਦੇ ਨੇ ਰਾਵਣ ਜੀ ਨੂੰ ਜੀ, ਤੇ ਸਾਡੀ ਭੈਣ ਇਹਨਾਂ ਨੂੰ ਬ੍ਰਦਰ ਮੰਨਦੀ ਆ ਜੀ। ਤੇ ਸਾਰਾ ਰੰਗ 14 ਸਾਲ ਤੋਂ ਇਹ ਇਹਨਾਂ ਨੂੰ ਆਪਣਾ ਭਰਾ ਮੰਨਦੇ ਨੇ ਜੀ। ਜਾਣੀ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਨੇ ਤੇ ਤਾਂ ਹੀ ਉਹ ਇਸ ਜਗ੍ਹਾ ਨੂੰ ਆਉਂਦੇ ਨੇ, ਸਿਜਦਾ ਕਰਦੇ ਨੇ ਜੀ, ਤੁਸੀਂ ਦੇਖ ਸਕਦੇ ਹੋ। ਆਪਾਂ ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ਵਿੱਚ ਐਂਟਰ ਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਜੀ ਤੁਸੀਂ ਪ੍ਰਸ਼ਾਦ ਲੈਣਾ ਹੋਵੇ ਤਾਂ ਇਸ ਜਗ੍ਹਾ ਤੋਂ ਪ੍ਰਸ਼ਾਦ ਲੈ ਸਕਦੇ ਹੋ। ਇਹ ਵੀਰ ਦੀ ਦੁਕਾਨ ਆ ਜੀ, ਆਪਣਾ ਸਰਦਾਰ ਵੀਰ ਆ ਇਹ ਪ੍ਰਸ਼ਾਦ ਵੇਚਦਾ ਜੀ ਇਸ ਜਗ੍ਹਾ ਦੇ ਉੱਤੇ ਜੀ। ਅਤੇ ਇਹ ਆ ਮੰਦਿਰ ਜੀ, ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਜੀ। ਆਓ ਚੱਲਦੇ ਹਾਂ ਆਪਾਂ ਇਸ ਮੰਦਿਰ ਦੇ ਅੰਦਰ ਜੀ, ਦਰਸ਼ਨ ਕਰਦੇ ਹਾਂ ਇਸ ਮੰਦਿਰ ਦੇ ਜੀ। ਆਹ ਮੰਦਿਰ ਖੁੱਲ੍ਹਣ ਦਾ ਸਮਾਂ ਜੀ ਤੁਸੀਂ ਪੜ੍ਹ ਸਕਦੇ ਹੋ। ਅਤੇ ਇਹ ਜ਼ਰੂਰੀ ਸੂਚਨਾ ਆ, ਇਹਦੇ ਲਈ ਖਾਸ ਧਿਆਨ ਦਿਓ ਜ਼ਰੂਰ ਜੀ। ਆ ਜਾਓ ਚੱਲਦੇ ਹਾਂ ਆਪਾਂ ਮੰਦਿਰ ਦੇ ਅੰਦਰ ਨੂੰ ਜੀ। ਇਹ ਆਪਾਂ ਜਦੋਂ ਮੰਦਿਰ ਦੇ ਵਿੱਚ ਐਂਟਰ ਹੁੰਦੇ ਹਾਂ ਨਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ, ਤਾਂ ਇੱਕ ਪਾਸੇ ਭਗਵਾਨ ਸ਼੍ਰੀ ਹਨੂੰਮਾਨ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਜੀ, ਤੁਸੀਂ ਦੇਖ ਸਕਦੇ ਹੋ, ਦਰਸ਼ਨ ਕਰ ਸਕਦੇ ਹੋ ਜੀ। ਸ਼੍ਰੀ ਬਜਰੰਗ ਬਲੀ ਜੀ ਦਾ ਹਨੂੰਮਾਨ ਜੀ ਦਾ ਮੰਦਿਰ ਬਣਿਆ ਹੋਇਆ ਜੀ।
ਇਹ ਪੰਡਿਤ ਜੀ ਨੇ ਜੀ ਇਸ ਜਗ੍ਹਾ ਦੇ ਉੱਤੇ ਸੇਵਾ ਨਿਭਾ ਰਹੇ ਨੇ ਜੀ ਅੱਜ। ਇਹ ਆ ਜੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਿਆ ਹੋਇਆ ਮੰਦਿਰ ਜੀ, ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਇਹ ਆ ਜੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਮੰਦਿਰ ਜੀ। ਆਪਾਂ ਸਭ ਨੇ ਮਿਲ ਕੇ ਇਸ ਰਾਮ ਮੰਦਿਰ ਦੇ ਦਰਸ਼ਨ ਕਰ ਲਏ ਹਨ ਜੀ। ਆਓ ਚੱਲਦੇ ਹਾਂ ਦੂਬੇ ਪਰਿਵਾਰ ਦੇ ਇੱਕ ਮੈਂਬਰ ਨਾਲ, ਇੱਕ ਸਦੱਸਯ ਨਾਲ ਗੱਲਬਾਤ ਕਰਦੇ ਹਾਂ ਜੀ। ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਜੀ। ਸ੍ਰੀ ਅਕਾਲ ਜੀ। ਇਹ ਅੰਕਲ ਜੀ ਨੇ ਸਾਡੇ ਜੀ, ਜਿਹੜੇ ਕਈ ਸਾਲਾਂ ਤੋਂ ਜੀ ਉਸ ਭਗਵਾਨ ਸ੍ਰੀ ਰਾਮ ਰਾਵਣ ਜੀ ਦੀ ਪੂਜਾ ਕਰਦੇ ਆ ਰਹੇ ਨੇ ਜੀ, ਤੇ ਅੰਕਲ ਜੀ ਦੋ ਸ਼ਬਦ ਕਹਿਣਾ ਚਾਹੁੰਦੇ ਸਾਡੇ। ਦੇਖੋ ਜੀ, ਅਸੀਂ ਦੋਵੇਂ ਪਰਿਵਾਰ, ਮੈਂ ਕੱਲਾ ਦਾ ਨਹੀਂ ਹੈ, ਸਾਰਾ ਦੋਵੇਂ ਪਰਿਵਾਰ ਹਸਬੀਰ ਜੀ ਦੁਸ਼ਹਿਰੇ ਦੇ ਮੌਕੇ ਤੇ ਪਹੁੰਚੇ ਪਹੁੰਚਦੇ ਆ, ਸਾਰੇ ਮੱਥਾ ਟੇਕਦੇ ਆ, ਕੋਈ ਪਠਾਨਕੋਟ ਤੋਂ, ਬਠਿੰਡੇ ਤੋਂ, ਜਲੰਧਰ ਤੋਂ, ਅੰਮ੍ਰਿਤਸਰ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਹਲੇ ਅਮਰੀਕਾ ਤੋਂ, ਸਾਰੇ ਦੇ ਸਾਰੇ ਆ, ਸਾਰੇ ਹੋ ਗਏ। ਇੱਕ ਜੀ ਇੱਕ ਕਹਿੰਦੇ ਨੇ ਅੰਕਲ ਜੀ ਵੀ ਸ਼ਰਾਬ ਦਾ ਤੇ ਖੂਨ ਦਾ ਭੋਗ ਨਾ ਹੋਈ ਜਾਂ ਨਾ ਕਿ ਰਾਮ ਜਿਹੜੇ ਰਾਮ ਜੀ, ਹਾਂਜੀ ਜੀ, ਉਹ ਬੁਰਾਈ ਦਾ ਪ੍ਰਤੀਕ ਸੀ। ਹਾਂਜੀ ਹਾਂਜੀ ਠੀਕ ਹੈ ਨਾ, ਨਾਲ ਫਿਰ ਰਾਕਸ਼ ਰਹਿਤੀ ਸੀ, ਹਾਂਜੀ ਹੈ ਤਾਂ ਬ੍ਰਾਹਮਣ ਸੀ, ਹਾਂਜੀ ਜੀ। ਚਲੋ ਉਹਨਾਂ ਦਾ ਜਿਹੜਾ ਪਰਨ ਪੋਸ਼ ਮੰਗਿਆ ਉਹ ਰਾਕਸ਼ ਰਹਿਤੀ ਚ ਹੋਇਆ, ਫਿਰ ਉਹਨਾਂ ਦੀ ਵੀ ਅਸੀਂ ਪੂਜਾ ਕਰਦੇ ਜਿੱਦਾਂ ਰਾਕਸ਼ ਬਾਕੀ ਬੱਕਰੇ ਦਾ ਸਿਰ ਥੋੜਾ ਜਿਹਾ ਉਹ ਕਰਕੇ ਤੇ ਫਾਰਮੈਲਿਟੀ ਕਰਦੇ ਆ, ਬਾਕੀ ਵੀ ਉਹਦੀ ਪੂਜਾ ਵੀ ਕਰਦੇ ਆ। ਠੀਕ ਹੈ ਜੀ, ਮਹਾਨ ਹੈ ਜੀ, ਪ੍ਰਭੂ ਰਾਮ ਦੀ ਸ਼ਿਕਸ਼ਾ ਤੇ ਜਾਈਏ, ਉਹਨਾਂ ਵਰਗਾ ਕੋਈ ਹੋਣਾ ਨੀ। ਸਹੀ ਹੈ ਜੀ, ਹਾਂਜੀ, ਉਹਨਾਂ ਦੀ ਜਾਈਏ ਤੇ ਆਪਾਂ ਅੱਛੀ ਤਰ੍ਹਾਂ ਲੈ, ਇਸ ਕਾਰਨ ਸਾਰੇ ਪੈਰ ਦੇ ਆਲੇ ਦੁਆਲੇ ਲੋਕੀ ਜਿਹੜਾ ਸਾਨੂੰ ਇੱਥੇ ਆਉਂਦੇ ਨੇ ਮੱਥਾ ਟੇਕਦੇ ਨੇ, ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਅਸੀਂ ਇਸ ਜਗ੍ਹਾ ਤੇ ਕਈ ਫੈਮਿਲੀਜ਼ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਵਣ ਦੀ ਪੂਜਾ ਕਿਉਂ ਕਰਦੇ ਹੋ, ਤਾਂ ਉਹਨਾਂ ਦਾ ਸਭ ਦਾ ਇੱਕੋ ਜਵਾਬ ਸੀ ਵੀ ਸਾਡੀਆਂ ਕੋਈ ਵੀ ਮਨੋਕਾਮਨਾਵਾਂ ਹੁੰਦੀਆਂ ਨੇ ਤਾਂ ਭਗਵਾਨ ਰਾਵਣ ਜੀ ਉਹਨੂੰ ਉਹਨਾਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ ਜੀ। ਜ਼ੁਲਮ ਸਭ ਭੂਲ ਜਾਊਂਗਾ, ਯਦੀ ਦੇ ਦੇ ਮੁਝੇ ਤੂੰ ਯਹ ਰਾਤ ਥੋੜੀ।
सबने मिलके दशहरे नूं देख लिया है, दशहरे दा मेला देख लिया है। जेकर थोनूं वीडियो चंगी लगी तां वीडियो नूं लाइक ते चैनल सब्सक्राइब करना ना भुलियो, अपने दोस्तां मित्रां नाल शेयर करियो अते कमेंट विच जय श्री राम ते हैप्पी दशहरा लिखना ना भुलियो जी। मैं ना अपनी जिंदगी च रावण नूं अग लगदे होए देखी सी जी, अज पहली बार रावण दी पूजा हुंदे देखी आ जी। साडी वीडियो नूं वध तों वध शेयर जरूर करियो जी, फिर मिलांगे किसी नवी वीडियो दे नाल नवे स्थान उते। तद तक लई जी, बाय।